ਜਿਹੜਾ ਲੱਖਾ ਸਿਧਾਣਾ ਤੇ ਦੀਪ ਸਿੱਧੂ ਵਾਲਾ ਸਿਸਟਮ ਹੈ ਨਾ, ਇਹ ਜੇ ਤੁਸੀਂ ਕਹੋ ਵੀ ਇਹ ਕਾਮਰੇਡ ਸੋਚ ਹੈ, ਕਾਮਰੇਡ ਸੋਚ ਉਹਨਾਂ ਦੀ ਹੈ। ਦੀਪ ਸਿੱਧੂ ਔਰ ਲੱਖਾ ਤੇ ਬੜੇ ਠੰਡੇ ਸੁਭਾਅ ਵਾਲਾ ਸਿਸਟਮ ਹੈ, ਮਤਲਬ ਇੰਨੇ ਕੁ ਸੁਲਝੇ ਹੋਏ ਨੌਜਵਾਨ ਨੇ। ਲਲਕਾਰ ਇਸ ਤਰ੍ਹਾਂ ਨਹੀਂ ਹੁੰਦੀ ਹੁੰਦੀ ਵੀ ਅਸੀਂ ਕਹਿ ਤਾਂ 25 ਨੂੰ ਜਾਵਾਂਗੇ ਤੇ 25 ਨੂੰ ਜਾਵਾਂਗੇ, ਉੱਥੇ ਖਲੋ ਕੇ ਖਾਣ ਉਹਦੇ ਬਾਰਡਰ ਤੇ ਇੱਥੇ ਹੈਗਾ। ਯੂਥ ਨੇ ਭੰਨਿਆ, ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੁਛ ਲੱਖੇ ਰਾਣੀ ਕੀਤਾ, ਇਹ ਵੀ ਨਹੀਂ ਅਸੀਂ ਕਹਿਣਾ ਚਾਹੁੰਦੇ ਹੈਗੇ। ਹਰ ਇੱਕ ਬੰਦਾ ਹੀ ਲੱਖਾ ਹੈ, ਹਰ ਇੱਕ ਬੰਦਾ ਹੀ ਦੀਪ ਹੈ। ਉਹਨਾਂ ਦੇ ਵਿਚਾਰ ਬੜੇ ਵਧੀਆ ਨੇ, ਉਹਨਾਂ ਦੇ ਵਿਚਾਰ ਇੱਕ ਉਸ 47 ਦੇ ਵਿੱਚੋਂ ਨਿਕਲੇ ਹੋਏ ਮਤਲਬ ਕਿ ਰੌਂਦ ਵਾਂਗੂ ਵੱਜਦੇ ਨੇ ਇਹਨਾਂ ਦੇ, ਵੀ ਉਹ ਇਹਨਾਂ ਦੇ ਚੁੱਪ ਤੋਂ ਵੀ ਘਾਤਕ ਨੇ। ਦੇਖੋ ਗੋਦੀ ਮੀਡੀਆ ਤੇ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਵੀ ਉਹ ਤੇ ਇੱਕ ਉਹਨਾਂ ਦੇ ਆਪਦਾ ਖਰੀਦੇ ਹੋਏ ਕੁੱਤੇ ਨੇ, ਜਿਵੇਂ ਉਹ ਕਹਿਣਗੇ ਵੀ ਉਹਦੇ ਤੇ ਭੌਂਕਣਾ ਤੇ ਉਹਦੇ ਤੇ ਭੌਂਕਣ ਲੱਗ ਜਾਂਦੇ ਨੇ, ਦੂਜੇ ਤੇ ਕਹਿੰਦੇ ਨੇ ਦੂਜੇ ਤੇ ਭੌਂਕਣ ਲੱਗ ਜਾਂਦੇ ਨੇ। ਜਦੋਂ ਖਾਲਸਾ ਏਡ ਨੇ ਪਿੱਛੇ ਜੇ ਪਾਣੀ ਦੇ ਨਾਲ ਨੁਕਸਾਨ ਹੋਏ ਸਨ, ਟਰੈਕਟਰ ਵੰਡੇ ਸਨ, ਉੱਥੇ ਸੇਵਾ ਕੀਤੀ ਸਨ ਪੰਜਾਬ ਦੇ ਵਿੱਚ ਆ ਕੇ, ਉਹ ਤਾਂ ਨਹੀਂ ਕਿਸੇ ਨੇ ਵਿਖਾਈ ਹੈਗੀ, ਕਿਸੇ ਚੈਨਲ ਨੇ ਚਲਾਈ ਸੀ ਇਹ ਨਿਊਜ਼। ਤੇ ਸਾਰੇ ਕੰਮਾਂ ਕਰਨ ਵਾਲੇ ਨੇ ਤੇ ਜਿਹੜੇ ਉੱਥੇ ਬੈਠੇ ਨੇ ਵਿਹਲੇ ਤਾਂ ਉਹ ਵੀ ਨਹੀਂ ਹੈਗੇ, ਤੇ ਉਹ ਇਹ ਕੰਮ ਸਭ ਤੋਂ ਜ਼ਰੂਰੀ ਹੈ। ਚਲੋ ਇਹ ਆ ਵੀ ਜੇ ਹਰ ਘਰ ਦੇ ਵਿੱਚੋਂ ਮੰਨ ਕੇ ਚਲੋ ਇੱਕ ਇੱਕ ਜੀਵ ਹੀ ਆਵੇ, ਤੇ ਮੈਨੂੰ ਲੱਗਦਾ ਵੀ ਦਿੱਲੀਆਂ ਨੂੰ ਖਲੋ ਕੇ ਮੂਤਰ ਦਿੰਦੇ ਉਹਦੀ ਹਾੜਾ ਜੇ। ਅਸੀਂ ਤੀਸਰੀ ਵਾਰ ਤੇ ਬਾਈ ਹੋਰੀ ਲੈ ਕੇ ਜਾ ਰਹੇ ਹਾਂ, ਮੈਂ ਕਿਹਾ ਸਵਾਲ ਪੁੱਛਣੇ ਆ ਬਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਮੇਰਾ ਇੱਕ ਪਰਸਨਲੀ ਸਵਾਲ ਹੈ ਵੀ ਜਿਵੇਂ ਇਹ ਕਿਸਾਨੀ ਸੰਘਰਸ਼ ਤਾਂ ਲੰਬਾ ਬਹੁਤ ਹੋ ਗਿਆ, ਜੋ ਉੱਥੇ ਮੈਂ ਦੇਖ ਕੇ ਆਇਆ ਸਿਆਸਤ ਵੀ ਬਹੁਤ ਹੈ ਜੀ, ਤੇ ਜਿਹੜੀ ਸਟੇਜ ਲੱਗੀ ਹੋਈ ਹੈ ਮੇਨ ਸਟੇਜ ਸਿੰਘੂ ਬਾਰਡਰ ਦੀ ਔਰ ਟਿੱਕਰੀ ਬਾਰਡਰ ਦੀ, ਵੀ ਉੱਥੇ ਨੌਜਵਾਨ ਪੀੜ੍ਹੀ ਜਿਵੇਂ ਲੱਖਾ ਸਿਧਾਣੇ ਵਾਲਾ ਤੇ ਦੀਪ ਸਿੱਧੂ ਹੈ ਨਾ, ਦੀਪ ਸਿੱਧੂ ਤਾਂ ਬਿਲਕੁਲ ਹੀ ਪਿੱਛੇ ਕਰਤਾ ਇਹਨਾਂ ਨੇ, ਤੇ ਲੱਖੇ ਨੂੰ ਵੀ ਹੁਣ ਆ ਪਿੱਛੇ ਜੇ ਹੁਣ ਚੜਾਇਆ ਸੀਗਾ ਤੇ ਉਹ ਬਹੁਤ ਗੁੱਸੇ 'ਚ ਗਿਆ ਮੁੰਡਾ, ਕਿਉਂਕਿ ਪਿੱਛੋਂ ਹੱਥ ਮਾਰੀ ਜਾਂਦੇ ਨੇ, ਤੇ ਉਹ ਹੱਥ ਮਾਰੇ ਕਹਿੰਦੇ ਨੇ ਵੀ ਨਹੀਂ ਇੰਨਾ ਨਹੀਂ ਬੋਲਣਾ, ਟਾਈਮ ਘੱਟ ਦਿੰਦੇ ਨੇ, ਤੇ ਉਹ ਕਹਿੰਦਾ ਵੀ ਮੈਂ ਬਹੁਤ ਦੇਰ ਦਾ ਖੜਾ ਰਹਿੰਦਾ ਤੇ ਮੈਨੂੰ ਬੋਲਣ ਨਹੀਂ ਦਿੰਦੇ। ਮਤਲਬ ਇਹ ਕਾਮਰੇਡ ਸੋਚ ਕਹਿ ਸਕਦੇ ਹੋ ਤੁਸੀਂ, ਤੇ ਇੱਕ ਨੌਜਵਾਨ ਪੀੜ੍ਹੀ ਦੇ ਵਿੱਚ ਜਿਹੜਾ ਡਿਸਟ੍ਰੀਬਿਊਟ ਚੱਲ ਰਿਹਾ, ਇਸਦਾ ਕੀ ਸਲਿਊਸ਼ਨ ਹੋ ਸਕਦਾ ਜੀ, ਕਿਉਂ ਨਹੀਂ ਮੌਕਾ ਦਿੰਦੇ ਇਹਨਾਂ ਨੂੰ? ਜਿਹੜਾ ਲੱਖਾ ਸਿਧਾਣਾ ਦੇ ਦੀਪ ਸਿੱਧੂ ਵਾਲਾ ਸਿਸਟਮ ਹੈ ਨਾ, ਇਹ ਜੇ ਤੁਸੀਂ ਕਹੋ ਵੀ ਇਹ ਕਾਮਰੇਡ ਸੋਚ ਹੈ, ਕਾਮਰੇਡ ਸੋਚ ਉਹਨਾਂ ਦੀ ਹੈ, ਦੀਪ ਸਿੱਧੂ ਔਰ ਲੱਖਾ ਤੇ ਬੜੇ ਠੰਡੇ ਸੁਭਾਅ ਵਾਲਾ ਸਿਸਟਮ ਹੈ, ਮਤਲਬ ਇੰਨੇ ਕੁ ਸੁਲਝੇ ਹੋਏ ਨੌਜਵਾਨ ਨੇ ਵੀ ਉਹਨਾਂ ਨੂੰ ਪਤਾ ਵੀ ਜੇ ਅਸੀਂ ਹੁੱਲੜਬਾਜੀ ਮੰਨ ਲੈ ਕੇ ਚੱਲੋ, ਅਸੀਂ ਜੇ ਇੱਕ ਆਵਾਜ਼ ਵੀ ਮਾਰਤੀ ਉਹਨਾਂ ਨੇ ਵੀ ਅਸੀਂ ਸਟੇਜ ਲਾਉਣ ਲੱਗੇ ਹਾਂ, ਤੇ ਤੁਸੀਂ ਗਿਣਤੀ ਕਰ ਲਿਓ, ਇੱਕ ਪਾਸੇ 20-25% ਲੋਕ ਹੋਣਗੇ ਤੇ ਦੂਜੇ ਪਾਸੇ 70-75% ਪੈ ਹੋਣਗੇ। ਇਹ ਲੱਖੇ ਦੀ ਉਦਣ ਵੀ ਆਵਾਜ਼ ਸੀ ਵੀ ਅਸੀਂ ਕੋਈ ਮੰਨ ਕੇ ਚੱਲੋ ਇੱਥੇ ਖਿਲਾਰਾ ਨਹੀਂ ਪਾਉਣਾ, ਜਿਹੜੇ ਸਾਡੇ ਮਸਲੇ ਨੇ ਇਹਨਾਂ ਨੇਤਾ ਨਾਲ, ਜਿਵੇਂ ਕਿਸਾਨ ਲੀਡਰ ਨੇ ਜਾਂ ਕਿਸੇ ਪਾਰਟੀ ਦੇ ਲੀਡਰ ਨੇ ਜਾਂ ਕਿਸੇ ਉਲਝਾਇਆ ਹੋਇਆ ਮੈਟਰ ਹੈ ਨਾ, ਇਹਨਾਂ ਦੇ ਮਸਲੇ ਪੰਜਾਬ ਜਾ ਕੇ ਸੁਲਝਾਵਾਂਗੇ, ਇੱਥੇ ਨਹੀਂ ਕੋਈ ਖਿਲਾਰਾ ਪਾਉਣਾ। ਜੇ ਇਹ ਤੇ ਇਹਨਾਂ ਨੂੰ ਕਾਮਰੇਡ ਸੋਚ ਵਾਲੇ ਬੰਦੇ ਨੇ ਜਿਹੜੇ ਔਰ ਜਾਂ ਜਿਹੜੇ ਸਾਡੇ ਕਿਸਾਨ ਨੇਤਾ ਨੇ, ਕਿਸਾਨ ਨੇਤਾ ਹਨ, ਇਹਨਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿ ਉਹ ਇੱਕ ਕਿਸੇ ਵੱਡੇ ਲੈਵਲ ਤੇ ਉਹਨਾਂ ਨੇ ਹੰਗਾਰਾ ਦਿੱਤਾ, ਉਹਨਾਂ ਦੇ ਕਹਿਣ ਤੇ ਯੂਥ ਤੁਰਿਆ। ਇੱਕ ਸਮਾਂ ਉਹ ਵੀ ਸੀ ਜਦੋਂ ਕਿਸਾਨ ਯੂਨੀਅਨ ਦੇ ਵਿੱਚ ਇੱਕ ਪਿੰਡ 'ਚ 5,000 ਬੰਦਾ ਰਜਿਸਟਰਡ ਵੋਟ ਕਰਾਉਂਦਾ ਸੀ, ਤੇ ਜਦੋਂ ਕਿਤੇ ਧਰਨਾ ਲਾਉਣ ਜਾਣਾ ਤੇ ਉੱਥੇ 20-25 ਬੰਦੇ ਇਕੱਠੇ ਹੋ ਕੇ ਜਾਂਦੇ ਹਨ, ਤੇ ਉਹ ਵੀ 60 ਸਾਲ ਤੋਂ ਉੱਪਰ ਏਜ ਦਾ, ਤੇ ਕੋਈ ਇੱਕ ਅੱਧਾ ਬੰਦਾ ਟਰੈਕਟਰ ਚਲਾਉਣ ਵਾਲਾ ਕੋਈ 35-40 ਸਾਲ ਦੀ ਉਮਰ ਦਾ ਹੋਏਗਾ, ਤੇ ਹੁਣ 15 ਸਾਲ ਤੋਂ ਲੈ ਕੇ ਅਸਲ ਦੇ ਵਿੱਚ ਤੁਸੀਂ ਬੱਚੇ ਵੀ ਵੇਖੇ ਨੇ ਹੈ ਨਾ, ਤੇ ਇਹ ਮੰਨ ਕੇ ਚਲੋ ਜਿਹੜੇ ਯੂਥ ਗਿਆ ਉੱਥੇ ਪਹੁੰਚਿਆ, ਉਹਨਾਂ ਨੇ ਇਕੱਠ ਕੀਤਾ ਹੈ ਨਾ, ਜਿਹੜੇ ਬਾਰਡਰ ਤੋੜੇ ਨੇ, ਹੁਣ ਇਸ ਗੱਲ ਦੀ ਮੈਂ ਮਾਫ਼ੀ ਚਾਹੁੰਦਾ ਵੀ ਸਾਡੇ ਕਿਸਾਨ ਨੇਤਾ ਤੇ ਬਾਰਡਰਾਂ ਦੇ ਉੱਥੇ ਖਲੋ ਕੇ ਹਨ, ਕਹਿੰਦੇ ਵੀ ਨਹੀਂ ਅਸੀਂ ਸਰਕਾਰ ਨਾਲ ਮੱਥਾ ਨਹੀਂ ਲਾਉਣਾ, ਅਸੀਂ ਲਲਕਾਰ ਹੀ ਜਾਣੀ, ਲਲਕਾਰ ਤਾਂ ਇੱਕ 'ਚ ਵੱਜ ਕੇ ਹੁੰਦੀ ਹੁੰਦੀ ਹੈ, ਲਲਕਾਰ ਇਸ ਤਰ੍ਹਾਂ ਨਹੀਂ ਹੁੰਦੀ ਹੁੰਦੀ ਵੀ ਅਸੀਂ ਕਹਿ ਤਾਂ 25 ਨੂੰ ਜਾਵਾਂਗੇ ਤੇ 25 ਨੂੰ ਜਾਵਾਂਗੇ, ਉੱਥੇ ਖਲੋ ਕੇ ਖਾਣ ਉਹਦੇ ਬਾਰਡਰ ਤੇ, ਇੱਥੇ ਹੈਗਾ ਯੂਥ ਨੇ ਭੰਨਿਆ, ਜ਼ਰੂਰੀ ਨਹੀਂ ਹੈਗਾ ਵੀ ਸਾਰਾ ਕੁਛ ਲੱਖੇ ਰਾਣੀ ਕੀਤਾ, ਇਹ ਵੀ ਨਹੀਂ ਅਸੀਂ ਕਹਿਣਾ ਚਾਹੁੰਦੇ ਹੈਗੇ, ਹਰ ਇੱਕ ਬੰਦਾ ਹੀ ਲੱਖਾ ਹੈ, ਹਰ ਇੱਕ ਬੰਦਾ ਹੀ ਦੀਪ ਹੈ। ਵੀ ਉਹ ਗੱਲ ਇਹ ਆ ਵੀ ਉਹਨਾਂ ਦੇ ਵਿਚਾਰ ਬੜੇ ਵਧੀਆ ਨੇ, ਉਹਨਾਂ ਦੇ ਵਿਚਾਰ ਇੱਕ ਉਸ 47 ਦੇ ਵਿੱਚੋਂ ਨਿਕਲੇ ਹੋਏ ਮਤਲਬ ਕਿ ਰੌਂਦ ਵਾਂਗੂ ਵੱਜਦੇ ਨੇ ਇਹਨਾਂ ਦੇ, ਵੀ ਉਹ ਇਹਨਾਂ ਦੇ ਚੁੱਪ ਤੋਂ ਵੀ ਘਾਤਕ ਨੇ, ਵੀ ਚੁੱਪ ਤੋਂ ਵੀ ਡਰਦੇ ਨੇ। ਇੱਕ ਮੇਰਾ ਦੂਸਰਾ ਸਵਾਲ ਜੀ ਕਿ ਖਾਲਸਾ ਐਡ ਜਿਹੜੀ ਵਰਲਡ ਵਾਈਡ ਸੇਵਾਵਾਂ ਨਿਭਾ ਰਹੀ ਹੈ ਔਰ ਕਿਸੇ ਵੀ ਹਰ ਧਰਮ ਦੇ ਨਾਲ ਉਹ ਖੜਦੀ ਹੈ, ਸਰਬੱਤ ਦਾ ਭਲਾ ਜਿਵੇਂ ਸਾਡੀ ਕੌਮ ਮੰਗਦੀ ਹੈ, ਬਿਲਕੁਲ ਉਹਦੇ ਫਲਸਫਾ ਦੇ ਖਾਲਸਾ ਐਡ ਚੱਲ ਰਹੀ ਹੈ, ਤੇ ਉਹਨਾਂ ਨੂੰ ਹੁਣ ਇਹਨਾਂ ਨੇ ਮੋਦੀ ਹੋਰਾਂ ਨੇ ਗੋਦੀ ਮੀਡੀਆ ਤੋਂ ਕਹਾਇਆ ਗਿਆ ਕਿ ਇਹ ਖਾਲਿਸਤਾਨੀ ਨੇ, ਇਹ ਜਾਣ ਕੇ ਪ੍ਰੋਟੈਸਟ ਨੂੰ ਲੰਬਾ ਕਰ ਰਹੇ ਨੇ, ਉਰੇ ਮਸ਼ੀਨਾਂ ਲੱਗ ਗਈਆਂ, ਉਰੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਲੱਗ ਗਈਆਂ, ਉਰੇ ਜੈਕਟਾਂ ਵੰਡੀਆਂ ਜਾ ਰਹੀਆਂ ਨੇ, ਜਦਕਿ ਉਹ ਸਾਰੀ ਚੀਜ਼ਾਂ ਜ਼ਰੂਰੀ ਵੀ ਨੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੀ?
ਦੇਖੋ ਗੋਦੀ ਮੀਡੀਆ ਤੇ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਵੀ ਉਹ ਤੇ ਇੱਕ ਉਹਨਾਂ ਦੇ ਆਪਦਾ ਖਰੀਦੇ ਹੋਏ ਕੁੱਤੇ ਨੇ, ਜਿਵੇਂ ਉਹ ਕਹਿਣਗੇ ਵੀ ਉਹਦੇ ਤੇ ਭੌਂਕਣਾ ਤੇ ਉਹਦੇ ਤੇ ਭੌਂਕਣ ਲੱਗ ਜਾਂਦੇ ਨੇ, ਦੂਜੇ ਤੇ ਕਹਿੰਦੇ ਨੇ ਦੂਜੇ ਤੇ ਭੌਂਕਣ ਲੱਗ ਜਾਂਦੇ ਨੇ। ਬਾਕੀ ਖਾਲਸਾ ਏਡ ਤਾਂ ਇੱਕ ਇਨਸਾਨ ਹੀ ਅੱਧੀ ਮਿਸਾਲ ਹੈ, ਅਸੀਂ ਮਤਲਬ ਕਿ ਇਸ ਚੀਜ਼ ਨੂੰ ਵੇਖ ਸਕਦੇ ਹਾਂ, ਉਹ ਕਿਸੇ ਧਰਮ ਜਾਂ ਜਾਤੀ ਵੇਖ ਕੇ ਸੇਵਾ ਨਹੀਂ ਕਰਦੇ ਹੈਗੇ, ਜਿੱਥੇ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਪਹੁੰਚਦੇ ਨੇ, ਉਹਨਾਂ ਨੂੰ ਮਤਲਬ ਨਹੀਂ ਕੋਈ ਮੁਸਲਮਾਨ ਕੰਟਰੀ ਹੈ, ਕੋਈ ਈਸਾਈ ਕੰਟਰੀ ਹੈ, ਸਿੱਖ ਕੰਟਰੀ ਹੈ, ਉਹ ਹਰ ਜਗ੍ਹਾ ਪਹੁੰਚਦੇ ਨੇ। ਬਾਕੀ ਖਾਲਿਸਤਾਨ ਦਾ ਤਾਂ ਇਹ ਟੋਕਰਾ ਭਰੀ ਫਿਰਦੇ ਨੇ, ਗੋਦੀ ਮੀਡੀਆ ਵਾਲੇ ਵੰਡਦੇ ਹੀ ਫਿਰਦੇ ਨੇ ਵੀ ਆਜੋ ਖਾਲਿਸਤਾਨ ਦੇ ਦਿੰਦੇ ਆ, ਜੋ ਖਾਲਿਸਤਾਨ ਦੇ ਦਿੰਦੇ ਹਨਾ, ਵੀ ਇਹਨਾਂ ਜ਼ਿਆਦਾ ਸੀਰੀਅਸ ਲੈਣਾ ਨਹੀਂ, ਜਿਵੇਂ ਮੈਂਟਲ ਬੰਦਾ ਹੁੰਦਾ ਨਾ ਉਹਦੀ ਗੱਲ ਨੂੰ ਸੀਰੀਅਸ ਨਹੀਂ ਲਿਆ ਜਾਂਦਾ, ਇਹਨੂੰ ਗੋਦੀ ਮੀਡੀਆ ਨੂੰ ਸੀਰੀਅਸ ਨਾ ਲਿਆ ਜਾਏ, ਇਹ ਤਾਂ ਮਤਲਬ ਕਿ ਇੱਕ ਆਪਦੇ ਤੱਕ ਹੀ ਸੀਮਤ ਸਿਸਟਮ ਹੈ। ਜਦੋਂ ਖਾਲਸਾ ਏਡ ਨੇ ਪਿੱਛੇ ਜੇ ਪਾਣੀ ਦੇ ਨਾਲ ਨੁਕਸਾਨ ਹੋਏ ਸਨ, ਟਰੈਕਟਰ ਵੰਡੇ ਸਨ, ਉੱਥੇ ਸੇਵਾ ਕੀਤੀਆਂ ਸਨ ਪੰਜਾਬ ਦੇ ਵਿੱਚ ਆ ਕੇ, ਉਹ ਤਾਂ ਨਹੀਂ ਕਿਸੇ ਨੇ ਵਿਖਾਈ ਹੈਗੀ, ਕਿਸੇ ਚੈਨਲ ਨੇ ਚਲਾਈ ਸੀਗੀ ਇਹ ਨਿਊਜ਼, ਤੇ ਹੁਣ ਇਹ ਮਤਲਬ ਕਿ ਜਦਕਿ ਉਹਨਾਂ ਨੇ ਗੁਰੂ ਮਹਾਰਾਜ ਦੇ ਸਿਧਾਂਤ ਤੇ ਚੱਲਦੇ ਨੇ, ਉਲਟ ਸਿਧਾਂਤ ਆ, ਦੱਸੋ ਜਿਹੜੇ ਕਿਸਾਨ ਫਾਹੇ ਲੈ ਲੈ ਮਰਦੇ ਹਨ ਉਹ ਨੀ ਗੋਦੀ ਮੀਡੀਆ ਨੇ ਵਿਖਾਇਆ ਹੈਗਾ ਵੀ ਕਰਜ਼ੇ ਤੋਂ 2-2 ਲੱਖ ਦੇ ਕਰਜ਼ੇ ਤੋਂ ਫਾਹ ਲੈ ਕੇ ਮਰੇ ਹੋਏ ਨੇ ਲੋਕ, 2-2 ਲੱਖ ਦਾ ਕਰਜ਼ਾ ਕਿੱਡਾ ਕੁ ਹੁੰਦਾ, 15-15 ਅਰਬ ਕਰੋੜ ਰੁਪਈਆ ਇਹਨਾਂ ਡਰਨੀਆਂ ਦਾ ਮਾਫ਼ ਕੀਤਾ ਹੋਇਆ ਜਿਨ੍ਹਾਂ ਨੇ ਇਹਦੀ ਸਰਕਾਰ ਬਣਾਈ ਹੈ। ਇੱਕ ਮੇਰਾ ਸਿਰਫ ਲਾਸਟ ਸਵਾਲ ਮੇਰਾ ਇਸ ਪ੍ਰਕਾਰ ਹੈ ਜੀ, ਵੀ ਹੁਣ ਜਿਵੇਂ 26 ਜਨਵਰੀ ਆ ਰਹੀ ਹੈ ਤੇ ਪਹਿਲਾਂ ਵੀ ਇਹਨਾਂ ਨੇ ਸਿੱਖ ਰੈਜੀਮੈਂਟ ਨੂੰ ਔਰ ਮੈਨੂੰ ਸੁਣਨ 'ਚ ਆਇਆ ਵੀ ਨਾਲ ਦੀ ਸਟੇਟ ਸਾਡੀ ਹਰਿਆਣਾ ਜਾਟ ਰੈਜੀਮੈਂਟ ਨੂੰ ਵੀ ਨਹੀਂ ਬੁਲਾਇਆ ਜਾ ਰਿਹਾ, ਤੇ ਹੁਣ ਐਡਾ ਵੱਡਾ ਸੰਘਰਸ਼ ਹੋ ਰਿਹਾ, ਉਸ ਸੰਘਰਸ਼ ਦੇ ਵਿੱਚ 26 ਜਨਵਰੀ ਕਿਵੇਂ ਮਨਾਉਣਗੇ? ਇਹ ਤਾਂ ਇੱਕ ਮਤਲਬ ਕਿ ਪੋਲੀਟਿਕਸ ਸਟੰਟ ਨੇ ਹਨਾ, ਇਹਨਾਂ ਤੋਂ ਤਾਂ ਸ਼ਾਇਦ ਪਰੇ ਹੀ ਰੱਖਿਆ ਜਾਏ ਸਿਸਟਮ, ਕੋਈ ਗੱਲ ਨਹੀਂ ਹਨਾ, ਤੇ ਫਿਲਹਾਲ ਦੀ ਘੜੀ ਸਾਡਾ ਭਾਰਤ ਦੇਸ਼ ਹੈ ਤੇ ਭਾਰਤ ਦੇ ਅਸੀਂ ਵਿਛਿੰਦੇ ਹਾਂ, ਤੇ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਮੋਦੀ ਦਾ ਦੇਸ਼ ਹੈ, ਇਹ ਗੋਦੀ ਮੀਡੀਆ ਵਾਸਤੇ ਮੋਦੀ ਉਹਨਾਂ ਦਾ ਪਿਓ ਹੋ ਸਕਦਾ, ਸਾਡੇ ਵਾਸਤੇ ਤਾਂ ਦਸਮ ਪਾਤਸ਼ਾਹ ਮਹਾਰਾਜ ਸਾਡੇ ਪਿਓ ਨੇ, ਤੇ ਦੂਜਾ ਨੰਬਰ ਇਹ ਸਾਨੂੰ ਕਿਤੇ ਸੱਦਣ ਜਾਂ ਨਾ ਸੱਦਣ ਜਾਂ ਸਿੱਖ ਰੈਜੀਮੈਂਟ ਨੂੰ ਸੱਦਣ ਜਾਂ ਹਰਿਆਣੇ ਨੂੰ ਸੱਦਣ, ਇਹਦੇ ਵਿੱਚ ਕੋਈ ਜ਼ਿਆਦਾ ਭੇਦਭਾਵ ਵਾਲੀ ਗੱਲ ਨਹੀਂ ਹੈਗੀ, ਗੱਲ ਤਾਂ ਉੱਥੇ ਆਉਂਦੀ ਹੈ ਜਿੱਥੇ ਸ਼ਰਲੇ ਲੱਗਦੇ ਨੇ, ਉੱਥੇ ਕੌਣ ਜਾਂਦਾ, ਉੱਥੇ ਕਿਹਨੂੰ ਭੇਜਦੇ ਨੇ, ਉੱਥੇ ਫਿਰ ਝੰਡੇ ਲਗਾ ਲਾ ਕੇ ਜਿਹੜੇ ਜਾਂਦੇ ਨੇ ਉਹ ਫਿਰ ਉਹ ਪਤਾ ਹੀ ਲੱਗ ਜਾਂਦਾ, ਉਹ ਇਹਨਾਂ ਦਾ ਮੀਡੀਆ ਵੀ ਨਹੀਂ ਵਿਖਾਉਂਦਾ, ਉਹ CCTV ਕੈਮਰਿਆਂ 'ਚ ਚੁੱਕੀਆਂ ਜਾਂਦੀਆਂ ਨੇ ਫੋਟੋਆਂ ਵੀ ਕਾਫਲੇ ਦੇ ਉੱਤੇ ਝੰਡੇ ਲੱਗ ਲੱਗ ਗਏ ਹਨਾ, ਇਹ ਸ਼ਾਇਦ ਤੁਹਾਨੂੰ ਪਤਾ ਹੋਵੇ ਇਸ ਗੱਲ ਦਾ। ਇਹ ਸੰਗਤ ਜੀ ਮੈਂ ਦਿੱਲੀ ਚੱਲਿਆ ਸਾਂ ਤੇ ਸਾਡੇ ਵੀਰ ਜੀ ਹੈਗੇ ਨੇ ਰਾਜਪੁਰੇ ਤੋਂ ਸਿੰਘ ਟਰਾਂਸਪੋਰਟ ਵਾਲੇ, ਤੇ ਬਸ ਤੁਸੀਂ ਹੋਰ ਜਿਹੜੇ ਘਰੇ ਹਜੇ ਕਰੋ, ਜਿਹੜੇ ਹਜੇ ਨਹੀਂ ਨਿਕਲੇ, ਸ਼ਿਮਲੇ ਵੀ ਲੋਕੀ ਜਾ ਰਹੇ ਨੇ ਨਵਾਂ ਸਾਲ ਮਨਾ, ਇਹ ਗੱਲ ਮਤਲਬ ਕਿ ਬਹੁਤ ਜ਼ਰੂਰੀ ਹੈ, ਹੁਣ ਅਸੀਂ ਚਲੋ ਕਿਸੇ ਨੂੰ ਤਾਂ ਕੀ ਬਲੇਮ ਕਰਨਾ, ਅਸੀਂ ਆਪਦੇ ਦੀ ਵੀ ਹੈ, ਜਦੋਂ ਦਾ ਸੰਘਰਸ਼ ਲੱਗਾ ਹੈ ਚਲੋ ਸ਼ੰਭੂ ਮੋਰਚੇ 'ਤੇ ਤਾਂ ਅਸੀਂ ਪ੍ਰਤੀ ਦਿਨ ਹਾਜ਼ਰੀ ਭਰਦੇ ਰਹੇ ਹਾਂ, ਚਲੋ ਦਿੱਲੀ ਸਾਡੇ ਤੋਂ ਇੱਕੋ ਵਾਰੀ ਆਇਆ ਗਿਆ ਅਤੇ ਉਸ ਤੋਂ ਬਾਅਦ ਨਹੀਂ ਸਾਡਾ ਟਾਈਮ ਲੱਗਾ ਹੈਗਾ ਹੈ ਨਾ, ਚਲੋ ਕੰਮਾਂ ਕਾਰਾਂ ਵਾਲੇ ਹਾਂ ਅਤੇ ਸਾਰੇ ਹੀ ਕੰਮਾਂ ਕਾਰਾਂ ਵਾਲੇ ਨੇ, ਅਤੇ ਜਿਹੜੇ ਉੱਥੇ ਬੈਠੇ ਨੇ ਵਿਹਲੇ ਤਾਂ ਉਹ ਵੀ ਨਹੀਂ ਹੈਗੇ, ਅਤੇ ਉਹ ਇਹ ਕੰਮ ਸਭ ਤੋਂ ਜ਼ਰੂਰੀ ਹੈ। ਚਲੋ ਇਹ ਆ ਵੀ ਜੇ ਹਰ ਘਰ ਦੇ ਵਿੱਚੋਂ ਮੰਨ ਕੇ ਚਲੋ ਇੱਕ ਇੱਕ ਜੀਵ ਹੀ ਆਵੇ, ਅਤੇ ਮੈਨੂੰ ਲੱਗਦਾ ਵੀ ਦਿੱਲੀ ਵੱਲ ਨੂੰ ਖਲੋ ਕੇ ਮੂਤਰ ਦਿੰਦੇ ਉਹਦੀ ਹਾੜਾ ਜੇ, ਤੇ ਮਤਲਬ ਨਿਕਲਣਾ ਚਾਹੀਦਾ ਘਰਾਂ ਦੇ ਵਿੱਚੋਂ। ਵੀ ਦੂਜਾ ਨੰਬਰ ਇਹ ਆ ਵੀ ਜਿਹੜਾ ਹੁਣ ਅਸੀਂ ਇੱਥੋਂ ਤੁਰੇ ਹਾਂ ਇੱਧਰ ਨੂੰ, ਅੱਜ 9 ਵਜੇ ਵਿਚਾਰ ਬਣਿਆ ਸਾਡਾ, ਧੁੰਦ ਬਹੁਤ ਜ਼ਿਆਦਾ ਸੀ ਅਤੇ ਬੜਾ ਇੱਕੋਦਮ ਅਚਾਨਕ ਵਿਚਾਰ ਬਣਿਆ ਵੀ ਲੋਕ ਨਵਾਂ ਸਾਲ, ਕਿਸੇ ਨੇ ਵਧਾਈ ਦਿੱਤੀ ਵੀ ਮਤਲਬ ਵੀ ਬੜਾ ਮਾੜਾ ਲੰਘਿਆ ਅਤੇ ਹੈਪੀ ਨਿਊ ਈਅਰ ਹੈ ਨਾ, ਇਹ ਹੈਪੀ ਨਿਊ ਈਅਰ ਤਾਂ ਫਿਰ ਹੁਣ ਦਿੱਲੀ ਮਨਾਵਾਂਗੇ ਜਾ ਕੇ, ਅਤੇ ਮਿੱਤਰ ਸਾਡੇ ਚੜ੍ਹਦੀ ਕਲਾ ਨੇ ਸਾਰੇ, ਅਤੇ ਕਿਸੇ ਨੇ ਇਹ ਨਹੀਂ ਕਿਹਾ ਮੈਨੂੰ ਵੀਰ ਮਿਲੇ ਸੀਗੇ, ਇਹ ਸਾਡੇ ਵੀਰ ਹਰਿਆਣੇ ਤੋਂ ਨੇ, ਇਹਨਾਂ ਦੀ ਭਾਈ ਸਾਹਿਬ ਦੀ ਸਵੇਰੇ ਮੰਗਣੀ ਹੈ। ਅੱਛਾ ਜੀ, ਅੰਗੂਠੀ ਵਿਖਾ ਬਈ, ਅੰਗੂਠੀ ਜੇ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਹਾਜ਼ਰੀ ਲਵਾ ਕੇ ਆ ਗਈ ਜਾਵਾਂਗੇ ਦਿੱਲੀ। ਇਹ ਭਾਈ ਸਾਹਿਬ ਨੇ ਸਾਡੇ ਜਿਹੜੇ ਅਤਰ, ਇਹ ਆਪਣਾ ਰਾਜਪੁਰੇ ਤੋਂ ਸ਼ਾਮ ਖਾਨ ਨੇ, ਸ਼ਾਮ ਖਾਨ ਜੀ ਮੀਡੀਆ ਵਿਖਾਉਂਦਾ ਹੈ, ਸਾਡੇ ਸਾਰੇ ਭਰਾ ਨੇ, ਹਿੰਦੂ ਵੀ ਸਾਡਾ ਭਰਾ ਹੈ ਤੇ ਮੁਸਲਮਾਨ ਵੀ ਸਾਡਾ ਭਰਾ ਹੈ, ਤੇ ਲੋਕ ਕਹਿੰਦੇ ਨੇ ਵੀ ਖਾਲਸਾ ਰਾਜ ਕਿਵੇਂ ਦਾ ਹੋਏਗਾ, ਵੇਖ ਲਓ ਦਿੱਲੀ ਦੇ ਵਿੱਚ ਖਾਲਸਾ ਰਾਜ ਹੋਏਗਾ, ਚੱਲ ਰਿਹਾ ਨਾ ਖਾਲਸਾ ਰਾਜ, ਵੇਖ ਲਓ ਖਾਲਸਾ ਰਾਜ ਦੇ ਵਿੱਚ ਟੂਲ ਵੀ ਵਾਪਨੇ ਤੇ ਲੰਗਰ ਵੀ ਖੁੱਲੇ ਨੇ, ਬਿਲਕੁਲ। ਤੇ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਵੀ ਜੇ ਖਾਲਸਾ ਰਾਜ ਆਇਆ ਤਾਂ ਜਿਹੜਾ ਕੋਈ ਪ੍ਰਬੰਧਕ ਹੋਏਗਾ, ਜੇ ਉਹਦੇ ਰਾਜ ਦੇ ਚੱਲਦਿਆਂ ਕਿਤੇ ਬਲਾਤਕਾਰ ਦੀ ਘਟਨਾ ਹੁੰਦੀ ਹੈ ਤਾਂ ਮੈਨੂੰ ਇਹ ਲੱਗਦਾ ਵੀ ਉਸਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਇਸ ਗੱਦੀ ਦੇ ਉੱਤੋਂ, ਕਿਉਂਕਿ ਖਾਲਸਾ ਰਾਜ ਹੈ, ਇਹ ਮੋਦੀ ਰਾਜ ਨਹੀਂ ਹੈਗਾ। ਮੈਨੂੰ ਅੱਜ, ਮੈਂ ਪਰਸੋਂ ਟੋਲ ਤੋਂ ਲੰਘਦਾ ਸੀਗਾ, ਘਰੌਂਡਾ ਟੋਲ ਤੋਂ, ਮੈਨੂੰ ਕਿਸੇ ਨੇ ਪੁੱਛਿਆ ਉੱਥੇ, ਮੈਂ ਬਾਥਰੂਮ ਤੋਂ ਉਤਰਿਆ ਤਾਂ ਮੈਨੂੰ ਕਹਿੰਦੇ ਵੀ ਇਹ
ਸੰਘਰਸ਼ ਚੱਲੂਗਾ ਜਾਂ ਲੰਗਰ ਤੱਕ ਕੱਢਣਗੇ। ਮੈਂ ਉਹਨਾਂ ਨੂੰ ਇੱਕ ਵੀ ਸਵਾਲ ਪਾਇਆ, ਮੈਂ 550 ਸਾਲ ਬਾਬਾ ਨਾਨਕ ਸਿੰਘ ਦਾ ਚੱਲਦਾ 20 ਰੁਪਏ ਦਾ ਲੰਗਰ, 550 ਸਾਲ ਹੋ ਗਏ ਨੇ ਤਾਂ ਹੁਣ ਤੱਕ ਨੀ ਰੁਕਿਆ, ਰੁਕੇਗਾ ਵੀ ਨੀ। ਵਾਹਿਗੁਰੂ ਜੀ ਕੀ ਫਤਿਹ।